ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ਲਾਜ਼ਮੀ ਪੰਜਾਬੀ, ਤੇ ਉਹਦੇ ਵਿੱਚੋਂ ਬੋਲੀਆਂ ਪਾਕ ਤੇ 7ਵੀਂ ਬੋਲੀ ਜੋ ਕਿ ਹੈਗਾ ਦੇਸ ਮੇਰੇ ਤੇ ਬਾਂਕੇ ਗੱਭਰੂ। ਤਾਂ ਚਲੋ ਪਹਿਲਾਂ ਇਹਨੂੰ ਸਮਝਦੇ ਹਾਂ, ਫਿਰ ਇਹਦੇ ਕੁਐਸਚਨ ਆਨਸਰ ਡਿਸਕਸ ਕਰਾਂਗੇ। ਦੇਸ ਮੇਰੇ ਤੇ ਬਾਂਕੇ ਗੱਭਰੂ, ਮਸਤ ਅਲੜ ਮੁਟਿਆਰਾਂ, ਨੱਚਦੇ ਟੱਪਦੇ ਗਿੱਧਾ ਪਾਉਂਦੇ ਗਾਉਂਦੇ ਰਹਿੰਦੇ ਵਾਰਾਂ। ਪ੍ਰੇਮ ਲੜੀ ਵਿੱਚ ਇੰਜ ਪਰੋਏ ਜਿਉ ਕੁੰਜਾਂ ਦੀਆਂ ਡਾਰਾਂ, ਮੌਤ ਨਾਲ ਇਹ ਕਰਨ ਮੁਖੌਲਾ ਮਸਤੇ ਵਿੱਚ ਪਿਆਰਾ, ਕੁਦਰਤ ਦੇ ਮੈਂ ਕਾਦਰ ਅੱਗੇ ਇਹੋ ਅਰਜ਼ ਗੁਜ਼ਾਰਾਂ, ਦੇਸ ਪੰਜਾਬ ਦੀਆਂ ਖੇੜੀਆਂ ਰਹਿਣ ਬਹਾਰਾਂ, ਦੇਸ ਪੰਜਾਬ ਦੀਆਂ ਖੇੜੀਆਂ ਰਹਿਣ ਬਹਾਰਾਂ। ਹੁਣ ਇਸ ਲੋਕ ਗੀਤ ਦੇ ਵਿੱਚ, ਇਸ ਬੋਲੀ ਦੇ ਵਿੱਚ ਕੀ ਦੱਸਿਆ ਗਿਆ ਉਹ ਸਮਝਦੇ ਹਾਂ। ਦੇਖੋ, ਇੱਥੇ ਕਿਹਾ ਗਿਆ ਦੇਸ ਮੇਰੇ ਦੇ ਬਾਂਕੇ ਗੱਭਰੂ ਮਸ ਅਲੜ ਮੁਟਿਆਰਾਂ। ਦੇਸ ਮੇਰਾ ਮਤਲਬ ਪੰਜਾਬ ਦੀ ਗੱਲ ਕੀਤੀ ਗਈ ਹੈ। ਪੰਜਾਬ ਮੇਰੇ ਦੇ ਜਿਹੜੇ ਗੱਭਰੂ ਨੇ, ਮੁੰਡੇ ਜਿਹੜੇ ਹੈਗੇ ਨੇ, ਬਾਂਕੇ ਨੇ, ਮਤਲਬ ਬਣ ਠਣ ਕੇ ਰਹਿਣ ਵਾਲੇ ਸੋਹਣੇ ਤੇ ਛੈਣ ਛਬੀਲੇ ਹੈਗੇ ਨੇ। ਤੇ ਮਸਤ ਅਲੜ ਮੁਟਿਆਰਾਂ ਕਹਿਣ ਦਾ ਮਤਲਬ, ਅਲੜ ਦਾ ਮਤਲਬ ਹੁੰਦਾ ਹੈ ਅਣਜਾਣ, ਬੇਸਮਝ ਜਾਂ ਬੇਪਰਵਾਹ ਕਹਿ ਸਕਦੇ ਹਾਂ ਵੀ ਪੰਜਾਬ ਦੀਆਂ ਮੁਟਿਆਰਾਂ ਜਿਹੜੀਆਂ ਹੈਗੀਆਂ ਨੇ ਉਹ ਮਸਤ ਜਾਂ ਅਲੜ ਹੈਗੀਆਂ ਨੇ। ਅੱਗੇ ਨੱਚਦੇ ਟੱਪਦੇ ਗਿੱਧਾ ਪਾਉਂਦੇ ਗਾਉਂਦੇ ਰਹਿੰਦੇ ਵਾਰਾਂ। ਹੁਣ ਗੱਭਰੂ ਤੇ ਮੁਟਿਆਰ ਕੀ ਕਰਦੇ ਨੇ? ਨੱਚਦੇ ਟੱਪਦੇ ਨੇ, ਗਿੱਧਾ ਪਾਉਂਦੇ ਨੇ ਤੇ ਵਾਰਾਂ ਗਾਉਂਦੇ ਨੇ। ਵਾਰਾਂ ਕੀ ਹੁੰਦੀ ਹੈ? ਉਹ ਕਵਿਤਾ ਜਿਸ ਵਿੱਚ ਸੂਰਵੀਰਤਾ ਦਾ ਪ੍ਰਗਟਾਵਾ ਹੁੰਦਾ ਤੇ ਬਹਾਦਰਾਂ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੁੰਦਾ ਤੇ ਵਾਰਾਂ ਸੁਣ ਕੇ ਯੋਧਿਆਂ ਦੇ ਵਿੱਚ, ਲੋਕਾਂ ਦੇ ਵਿੱਚ ਬਹੁਤ ਜੋਸ਼ ਆ ਜਾਂਦਾ ਹੈ ਨਾ। ਪ੍ਰੇਮ ਲੜੀ ਵਿੱਚ ਇੰਜ ਪਰੋਏ ਜਿਉ ਕੁੰਜਾਂ ਦੀਆਂ ਡਾਰਾਂ। ਪਿਆਰ ਦੀ, ਪ੍ਰੇਮ ਦੀ ਲੜੀ ਵਿੱਚ ਇਸ ਤਰ੍ਹਾਂ ਪਰੋਏ ਹੋਏ ਹੈਗੇ ਨੇ ਜਿਵੇਂ ਕੁੰਜਾਂ ਦੀਆਂ ਡਾਰਾਂ ਹੁੰਦੀਆਂ ਨੇ। ਕੁੰਜਾਂ ਦੀਆਂ ਡਾਰਾਂ ਕੀ ਹੁੰਦੀ ਹੈ? ਕੁੰਜ ਹੁੰਦਾ ਹੈ ਇੱਕ ਪ੍ਰਵਾਸੀ ਪੰਛੀ ਜਿਹਨੂੰ ਆਪਾਂ ਮਾਈਗ੍ਰੇਟਰੀ ਬਰਡ ਕਹਿੰਦੇ ਹਾਂ, ਤੇ ਡਾਰਾਂ ਮਤਲਬ ਉਡਾਰੀ, ਠੀਕ ਹੈ, ਜਾਂ ਫਲਾਈਟ ਆਪਾਂ ਕਹਿ ਸਕਦੇ ਹਾਂ। ਤੇ ਕੀ ਹੁੰਦਾ ਜਦ ਕੱਤਕ ਦਾ ਦੇਸੀ ਮਹੀਨਾ ਹੁੰਦਾ ਤਾਂ ਕੁੰਜਾ ਚੀਨ ਤੇ ਮੰਗੋਲੀਆ ਜਾਂ ਠੰਡੇ ਇਲਾਕਿਆਂ ਤੋਂ ਪੰਜਾਬ ਅਤੇ ਭਾਰਤ ਦੇ ਹੋਰ ਇਲਾਕਿਆਂ ਵਿੱਚ ਆਉਂਦੀਆਂ ਤੇ ਵਿਸਾਖ ਦੇ ਮਹੀਨੇ ਜਾਂ ਸਰਦੀ ਖਤਮ ਹੋਣ ਤੇ ਹੀ ਵਾਪਸ ਚਲੀਆਂ ਜਾਂਦੀਆਂ ਨੇ। ਤੇ ਪੰਜਾਬੀ ਸੱਭਿਆਚਾਰ ਜਾਂ ਲੋਕ ਸਾਹਿਤ ਵਿੱਚ ਕੁੰਜਾ ਦਾ ਖਾਸ ਮਹੱਤਵ ਹੈਗਾ, ਇੰਪੋਰਟੈਂਸ ਹੈਗੀ ਹੈ, ਤੇ ਅਕਸਰ ਲੋਕ ਗੀਤਾਂ ਵਿੱਚ ਕੁੰਜਾਂ ਦੀ ਤੁਲਨਾ ਪੰਜਾਬੀ ਮੁਟਿਆਰਾਂ ਨਾਲ ਕੀਤੀਆਂ ਗਈਆਂ ਹੁੰਦੀਆਂ ਨੇ। ਹੁਣ ਕੁੰਜਾਂ ਦੀਆਂ ਡਾਰਾਂ ਕੀ ਹੁੰਦੀ ਹੈ? ਜਿਹੜੀ ਕੁੰਜਾਂ ਦੀ ਉਡਾਰੀ ਹੁੰਦੀ ਹੈ, ਠੀਕ ਹੈ, ਫਲਾਈਟ ਹੁੰਦੀ ਹੈ, ਉਹ ਬਹੁਤ ਸਿਸਟਮ ਦੇ ਵਿੱਚ ਹੁੰਦੀ ਹੈ, ਠੀਕ ਹੈ, ਉਹ ਬਹੁਤ ਸਹੀ ਤਰੀਕੇ ਨਾਲ ਉੜਦੀਆਂ ਨੇ, ਮਤਲਬ ਸਾਰੇ ਉਹਨੂੰ ਦੇਖਦੇ ਰਹਿੰਦੇ ਜਦੋਂ ਉੜਦੀ ਹੈ। ਇੱਕ ਕੁੰਜ ਅੱਗੇ ਉੱਡ ਰਹੀ ਹੁੰਦੀ ਹੈ ਤੇ ਬਾਕੀ ਏਦਾਂ ਕਰਕੇ ਉੱਡ ਰਹੀਆਂ ਹੁੰਦੀਆਂ, ਠੀਕ ਹੈ, ਉਹਦੇ ਪਿੱਛੇ ਪਿੱਛੇ ਉੱਡ ਰਹੀਆਂ ਹੁੰਦੀਆਂ ਨੇ। ਤੇ ਇਹ ਮੰਨਿਆ ਜਾਂਦਾ ਹੈ ਵੀ ਹਵਾ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਸ ਤਰੀਕੇ ਦੀ ਫਲਾਈਟ ਲੈਂਦੀਆਂ ਨੇ, ਉਡਾਰੀ ਭਰਦੀਆਂ ਨੇ। ਅੱਗੇ ਵਾਲੇ ਨੂੰ ਜ਼ਿਆਦਾ ਜ਼ੋਰ ਲਾਣਾ ਪੈਂਦਾ ਤੇ ਪਿੱਛੇ ਵਾਲਿਆਂ ਨੂੰ ਘੱਟ ਜ਼ੋਰ ਲਾਣਾ ਪੈਂਦਾ। ਤੇ ਕੀ ਹੁੰਦਾ, ਜਦ ਇਹ ਥੱਕ ਜਾਂਦੀ ਹੈ ਇਹ ਪਿੱਛੇ ਚਲੀ ਜਾਂਦੀ ਹੈ ਤੇ ਪਿੱਛੇ ਵਾਲੀ ਜਿਹੜੀ ਹੈਗੀ ਹੈ ਉਹ ਅੱਗੇ ਆ ਜਾਂਦੀ ਹੈ, ਏਦਾਂ ਹੁੰਦਾ, ਠੀਕ ਹੈ, ਵਾਰੀ ਵਾਰੀ ਕਰਕੇ ਉਹ ਅੱਗੇ ਪਿੱਛੇ ਹੁੰਦੀਆਂ ਰਹਿੰਦੀਆਂ ਨੇ, ਉਡਾਰੀ ਜਿਹੜੀ ਹੈਗੀ ਇਸ ਤਰ੍ਹਾਂ ਹੁੰਦੀ ਹੈ, ਠੀਕ ਹੈ। ਕੁੰਜਾਂ ਦੀ ਉਡਾਰਾਂ ਦੀ ਇਹ ਗੱਲ ਸੀ। ਹੁਣ ਮੌਤ ਨਾਲ ਇਹ ਕਰਨ ਮਖੌਲਾ ਮਸਤੇ ਵਿੱਚ ਪਿਆਰਾ,
ਪੰਜਾਬ ਦੇ ਜਿਹੜੇ ਗੱਭਰੂ ਹੈਗੇ ਆ ਉਹਨਾਂ ਦੀ ਗੱਲ ਕੀਤੀ ਗਈ ਹੈ ਵੀ ਇਹ ਮੌਤ ਨਾਲ ਮਖੌਲ ਕਰਦੇ ਨੇ ਤੇ ਪਿਆਰ ਵਿੱਚ ਮਸਤ ਰਹਿੰਦੇ ਨੇ। ਮੌਤ ਨਾਲ ਕਰਨ ਮਖੌਲਾ ਮਤਲਬ ਮੌਤ ਤੋਂ ਬੇਪਰਵਾਹ ਰਹਿੰਦੇ ਨੇ, ਫਿਕਰ ਨਹੀਂ ਹੁੰਦੀ, ਮੌਤ ਤੋਂ ਡਰਦੇ ਹੀ ਨਹੀਂ। ਕੁਦਰਤ ਦੇ ਮੈਂ ਕਾਦਰ ਅੱਗੇ ਇਹੋ ਅਰਜ਼ ਗੁਜ਼ਾਰਾਂ, ਦੇਸ ਪੰਜਾਬ ਦੀਆਂ ਖੇੜੀਆਂ ਰਹਿਣ ਬਹਾਰਾਂ। ਕੁਦਰਤ ਦਾ ਕਾਦਰ ਕੌਣ ਹੈਗਾ? ਪਰਮਾਤਮਾ ਪਰਮੇਸ਼ਵਰ। ਤੇ ਮੈਂ ਰੱਬ ਅੱਗੇ ਬੇਨਤੀ ਕਰਦਾ ਵੀ ਪੰਜਾਬ ਦੀਆਂ ਬਹਾਰਾਂ ਹਮੇਸ਼ਾ ਖਿੜੀਆਂ ਰਹਿਣ, ਇਸ ਤਰੀਕੇ ਦੇ ਨਾਲ ਮਤਲਬ ਪੰਜਾਬ ਹਮੇਸ਼ਾ ਖਿੜਿਆ ਰਹੇ ਤੇ ਵਸਦਾ ਰਹੇ ਤੇ ਫਲਦਾ ਫੁੱਲਦਾ ਰਹੇ। ਠੀਕ ਹੈ, ਇਸੀ ਬੋਲੀ ਤੇ ਉਹਦੇ ਬਾਰੇ ਚਰਚਾ, ਹੁਣ ਆਪਾਂ ਪਾਠ ਅਭਿਆਸ ਬਾਰੇ ਚਰਚਾ ਕਰਦੇ ਹਾਂ। ਦੇਸ ਮੇਰੇ ਦੇ ਬਾਂਕੇ ਗੱਭਰੂ ਬੋਲੀ ਵਿੱਚ ਪੰਜਾਬੀ ਗੱਭਰੂਆਂ ਦੀਆਂ ਕਿਹੜੀਆਂ ਕਿਹੜੀਆਂ ਸਿਫਤਾਂ ਤਾਰੀਫਾਂ ਕੀਤੀਆਂ ਗਈਆਂ ਹਨ? ਉੱਤਰ, ਪੰਜਾਬੀ ਗੱਭਰੂਆਂ ਨੂੰ ਬਹਾਦਰੀ ਦੀਆਂ ਵਾਰਾਂ ਗਾਉਣ ਵਾਲੇ, ਮੌਤ ਨੂੰ ਮਖੌਲਾ ਕਰਨ ਵਾਲੇ ਅਤੇ ਪਿਆਰ ਵਿੱਚ ਮਸਤ ਰਹਿਣ ਵਾਲੇ ਦੱਸਿਆ ਗਿਆ ਹੈ। ਠੀਕ ਹੈ, ਦੂਜਾ, ਦੇਸ ਮੇਰੇ ਦੇ ਬੰਕੇ ਗੱਭਰੂ ਬੋਲੀ ਵਿੱਚ ਪੰਜਾਬ ਬਾਰੇ ਕੀ ਸ਼ੁਭ ਕਾਮਨਾ ਪ੍ਰਗਟ ਕੀਤੀ ਗਈ ਹੈਗੀ ਆ? ਉੱਤਰ ਹੈਗਾ, ਦੇਸ ਮੇਰੇ ਦੇ ਬੰਕੇ ਗੱਭਰੂ ਬੋਲੀ ਵਿੱਚ ਪੰਜਾਬ ਬਾਰੇ ਇਹ ਸ਼ੁਭ ਕਾਮਨਾ ਪ੍ਰਗਟ ਕੀਤੀ ਗਈ ਹੈ ਕਿ ਇਥੋਂ ਦੀਆਂ ਬਹਾਰਾਂ ਖੇੜੀਆਂ ਰਹਿਣ, ਕਹਿਣ ਦਾ ਮਤਲਬ ਪੰਜਾਬ ਸਦਾ ਖੁਸ਼ਹਾਲ ਰਹੇ। ਠੀਕ ਹੈ ਜੀ, ਤੇ ਇਹ ਸੀਗੀ ਅੱਜ ਦੀ ਡਿਸਕਸ਼ਨ। ਮੈਂ ਉਮੀਦ ਕਰਦੀ ਹਾਂ ਬੋਲੀ ਤੁਹਾਨੂੰ ਸਮਝ ਆ ਗਈ ਹੋਏਗੀ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਦੇ ਹਾਂ, ਟਿਲ ਦੈਨ ਟੇਕ ਕੇਅਰ, ਬਾਏ ਬਾਏ।